ਮੇਰੇ ਬੇਟੇ ਨੂੰ 4 ਸਾਲ ਹੋ ਗਏ ਜੀ ਤੇ ਉਹ MBBS ਦੀ ਸਟੱਡੀ ਕਰਨ ਲਈ ਯੂਕਰੇਨ ਸਮਝ ਲਓ ਯੂਕਰੇਨ ਗਿਆ ਹੈਗਾ ਯੂਕਰੇਨ ਦੇ ਖਾਰਕਿਕ ਚ ਜੋ ਕਿ BN ਦਾ ਖਾਰਕਿਕ ਨੈਸ਼ਨਲ ਯੂਨੀਵਰਸਿਟੀ ਆ ਉਹਦੇ ਵਿੱਚ ਸਟੱਡੀ ਕਰ ਰਿਹਾ ਸੀਗਾ ਗੱਲ ਤਾਂ ਹੋ ਰਹੀ ਹੈ ਵੀ ਠੀਕ ਹੈ ਵੀ ਬੱਚੇ ਠੀਕ ਹੈ ਪਰ ਉਹਨਾਂ ਨੂੰ ਨਿਕਲਣ ਦਾ ਕੋਈ ਵੀ ਹਜੇ ਤੱਕ ਕੋਈ ਵੀ ਉਹਨਾਂ ਦਾ ਉਹ ਨਹੀਂ ਹੈਗਾ ਵੀ ਉਹ ਨਿਕਲੇ ਆਉਣਗੇ ਜਾਂ ਹੋਰ ਕਰੇ ਆਉਣਗੇ ਕਿਉਂਕਿ ਜੰਗਬੰਦੀ ਹੈ ਜਿਹੜੀ ਉਹ ਐਡੀ ਤੇਜ਼ ਚੱਲ ਰਹੀ ਹੈ ਵੀ ਉੱਥੇ 24 ਘੰਟੇ ਗੋਲੀ ਸਿੱਕਾ ਵਗੈਰਾ ਚੱਲ ਰਿਹਾ ਹੈਗਾ ਪਰ ਸਾਡੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਇਸ ਟਾਈਮ ਉੱਥੇ ਅੰਧਕਾਰ ਦੇ ਵਿੱਚ ਹੀ ਹੈ ਨਾ ਨਿਕਲਣ ਕਰਕੇ ਮੇਰੇ ਕੋਲ ਇਹ ਜਿੰਨੀ ਕਿ ਜੇ ਆਪਾਂ ਕਹੀਏ ਵੀ ਨੈਸ਼ਨਲ ਲੈਵਲ 'ਤੇ ਕੋਈ ਕਿਸੇ ਨੇ ਸੰਭਲ ਕੇ ਪਹੁੰਚ ਕੀਤੇ ਉਸ ਤਰ੍ਹਾਂ ਦੇ ਨਾ ਕੋਈ ਜਿਵੇਂ ਪੰਜਾਬ ਲੈਵਲ 'ਤੇ ਸਮਝ ਲਓ ਜਿਵੇਂ CM ਚੰਨੀ ਦਾ ਹੈ ਚੰਨੀ ਦੇ PA ਦਾ ਜਾਂ ਭਗਵੰਤ ਮਾਨ ਦੇ PA ਦਾ ਜਾਂ ਦੁਰਾਰਾ ਸਿੰਘ ਗੁਰੂ ਜਾਂ ਆਪਣੇ ਸਿੰਘ ਰਾਹੀ ਜਿਹੜੇ ਸਾਡੇ ਇਸ 'ਤੇ ਮਤਲਬ ਕਿ ਭਦੌੜ ਹਲਕੇ 'ਚੋਂ ਖੜ੍ਹੇ ਹੋਏ ਸੀਗੇ ਉਹ ਜ਼ਰੂਰ ਆਏ ਨੇ ਉਹਨਾਂ ਨੇ ਸਾਡੇ ਨਾਲ ਮਤਲਬ ਕਿ ਸੰਪਰਕ ਵੀ ਕੀਤਾ ਅਤੇ ਉਹਨਾਂ ਨੇ ਸਾਤੋਂ ਮਤਲਬ ਕਿ ਬਾਇਓਡੇਟਸ ਮੰਗੇ ਆ ਜਵਾਕਾਂ ਦੇ ਵੀ ਅਸੀਂ ਉਹਨਾਂ ਦੇ ਬਾਰੇ ਉਹ ਕਰਾਂਗੇ ਵੀ ਉੱਪਰ ਮਤਲਬ ਕਿ ਸਰਕਾਰ ਨੂੰ ਅਸੀਂ ਉਹ ਕਰਾਂਗੇ ਜਿਹੜੇ ਸਾਡੇ ਬੱਚੇ ਬੈਠੇ ਹੈ ਜਿੱਥੋਂ ਸਾਡੀ ਇੰਨੀ ਸਰਕਾਰ ਬੱਚਿਆਂ ਨੂੰ ਉਹ ਕਰ ਰਹੀ ਹੈ ਪਿੱਕ ਕਰ ਰਹੀ ਹੈ ਜਾਂ ਕੱਢ ਰਹੀ ਹੈ ਉਸ ਤੋਂ 1700 ਕਿਲੋਮੀਟਰ ਖਾਰਕਿਕ 'ਚ ਬੈਠੇ ਹੈ ਜੋ ਕਿ ਖਾਰਕਿਕ ਹੈ ਉਹ ਰਸ਼ੀਆ ਦੇ ਬਾਰਡਰ ਨਾਲ ਲੱਗਦਾ ਹੈ ਬਾਰਡਰ ਤੋਂ ਸਿਰਫ 25 ਕਿਲੋਮੀਟਰ ਹੈ ਉੱਥੇ ਉਹਨਾਂ ਦੇ ਲਈ ਕੋਈ ਵੀ ਸੁਵਿਧਾ ਜਾਂ ਕੋਈ ਉਹਨਾਂ ਲਈ ਕੋਈ ਵੀ ਇਹੋ ਜਿਹਾ ਇੰਤਜ਼ਾਮ ਨਹੀਂ ਹੈਗਾ ਵੀ ਉਹਨਾਂ ਨੂੰ ਕੱਢਿਆ ਜਾਵੇ ਜਾਂ ਉਹਨਾਂ ਦੀ ਸੁਣਵਾਈ ਹੋ ਸਕੇ ਜਾਂ ਉਹਨਾਂ ਨੂੰ ਕੋਈ ਮਲ ਕੇ ਸੁਣ ਕੇ ਕਹਿੰਦਾ ਹੋਵੇ ਵੀ ਅਸੀਂ ਵੀ ਤੁਹਾਡੀ ਹੈਲਪ ਕਰਦੇ ਹਾਂ ਕੁਛ ਦੂਰ ਰਹਿ ਕੇ ਕੁਛ ਇਹੋ ਜਿਹੇ ਡਰ ਦੇ ਮਾਹੌਲ ਦੇ ਵਿੱਚ ਡਰੇ ਤਾਂ ਹੋਏ ਹੀ ਹੈ ਡਰ ਕਰਕੇ ਉਹਨਾਂ ਨੇ ਮਤਲਬ ਕਿ ਉਹ ਵੀ ਸਾਨੂੰ ਮਤਲਬ ਕਿ ਕਹੀ ਜਾਂਦੇ ਵੀ ਤੁਸੀਂ ਮਤਲਬ ਕਿ ਇੱਥੇ ਤੱਕ ਸਰਕਾਰ ਤੱਕ ਪਹੁੰਚ ਕਰੋ ਜਾਂ ਮੀਡੀਆ ਰਾਹੀਂ ਤੁਸੀਂ ਮਤਲਬ ਕਿ ਸਰਕਾਰ ਤੱਕ ਆਪਦੀ ਆਵਾਜ਼ ਪਹੁੰਚਾਓ ਵੀ ਸਾਡੇ ਬੱਚਿਆਂ ਨੂੰ ਬਾਹਰ ਕੱਢਿਆ ਜਾਵੇ ਤਾਂ ਸਰਕਾਰ ਮੂਹਰੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਜਲਦੀ ਤੋਂ ਜਲਦੀ ਸਾਡੇ ਮਤਲਬ ਕਿ ਜਿਹੜੇ ਸਾਡੇ ਬੱਚੇ ਹੈ ਕੀਵ ਦੇ ਵਿੱਚ ਕੀਵ ਨਹੀਂ ਸੋਰੀ ਖਾਰਕਿਕ ਦੇ ਵਿੱਚ ਬੈਠੇ ਹੈ ਉਹਨਾਂ ਦੀ ਉਹਨਾਂ ਨੂੰ ਉਹ ਕਰਨ ਜਲਦੀ ਤੋਂ ਜਲਦੀ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨ ਇੰਨਾ ਪਤਾ ਹੈ ਵੀ ਜਿਹੜਾ ਰਸ਼ੀਆ ਦਾ ਬਾਰਡਰ ਹੈ ਉਸ ਤੋਂ 25 ਕਿਲੋਮੀਟਰ ਦੂਰ ਹੈ ਵੀ ਰਸ਼ੀਆ ਦੇ ਬਾਰਡਰ ਦੇ ਬਿਲਕੁਲ ਜਮਨ ਨਾਲ ਆ ਗਏ ਜਿਹੜੇ ਸਾਡੇ ਬੱਚੇ ਬੈਠੇ ਆ ਜਾਂ ਜਿਹੜੇ ਬੱਚੇ MBBS ਕਰਨ ਲਈ ਯੂਕਰੇਨ ਗਏ ਹੈ ਮਤਲਬ ਕਿ ਜ਼ਿਆਦਾ ਜਿਹੜੇ ਬੱਚੇ ਹੈ ਖਾਰਕਿਕ ਦੇ ਵਿੱਚ ਹੈ ਉੱਥੇ 8000 ਬੱਚੇ ਦੇ ਕਰੀਬ ਹੈ ਜਿਹੜਾ MBBS ਕਰ ਰਿਹਾ ਹੈਗਾ ਅਤੇ ਜਿਹੜਾ ਇਸ ਟਾਈਮ ਫਸਿਆ ਹੋਇਆ ਹੈਗਾ ਉਹਨਾਂ ਕੋਲ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਮਦਦ ਨਹੀਂ ਪਹੁੰਚ ਰਹੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਪੰਜਾਬ ਨਿਊਜ਼ 'ਤੇ ਮੈਂ ਸਿਮਰਜੀਤ ਸਧਾਣਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਆਏ ਸਾਲ ਬਾਹਰ ਜਾਂਦੇ ਨੇ ਆਪਦੇ ਸੁਨਹਿਰੀ ਭਵਿੱਖ ਦੇ ਲਈ ਆਪਦਾ ਭਵਿੱਖ ਸੰਵਾਰਨ ਦੇ ਲਈ ਪਰ ਕਿਤੇ ਨਾ ਕਿਤੇ ਜਿਹੜੀਆਂ ਮੁਸ਼ਕਲਾਂ ਨੇ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਲਾਂ ਵੀ ਬੜੀਆਂ ਬਾਹਰ ਆਉਂਦੀਆਂ ਨੇ ਤਾਂ ਹੁਣ ਦੀ ਜੇਕਰ ਗੱਲ ਕਰ ਲਈਏ ਤਾਂ ਜੰਗ ਲੱਗੀ ਹੋਈ ਆ ਯੂਕਰੇਨ ਅਤੇ ਰੂਸ ਦੇ ਵਿੱਚ ਭਾਰਤ ਦੇ ਸਟੂਡੈਂਟ ਉੱਥੇ ਵੱਡੀ ਪੱਧਰ 'ਤੇ ਜਿਹੜੇ ਆ ਉੱਥੇ ਫਸੇ ਹੋਏ ਨੇ ਤਾਂ ਸਾਡੇ ਨਾਲ ਅਸ਼ੋਕ ਬੰਸਲ ਜੀ ਗੱਲਬਾਤ ਕਰਦੇ ਇਹਨਾਂ ਦੇ ਨਾਲ ਇਹਨਾਂ ਦੇ ਲੜਕਾ ਯੂਕਰੇਨ ਦੇ ਵਿੱਚ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਸਮਾਂ ਜੀ ਤੁਹਾਡੇ ਲੜਕੇ ਨੂੰ ਯੂਕਰੇਨ ਦੇ ਵਿੱਚ ਗਿਆ ਨੂੰ ਹੋ ਗਿਆ ਮੇਰੇ ਬੇਟੇ ਨੂੰ 4 ਸਾਲ ਹੋ ਗਏ ਜੀ ਅਤੇ ਉਹ MBBS ਦੀ ਸਟੱਡੀ ਕਰਨ ਲਈ ਯੂਕਰੇਨ ਸਮਝ ਲਓ ਯੂਕਰੇਨ ਗਿਆ ਹੈਗਾ ਯੂਕਰੇਨ ਦੇ ਖਾਰਕਿਕ 'ਚ ਜੋ ਕਿ BN ਦਾ ਖਾਰਕਿਕ ਨੈਸ਼ਨਲ ਯੂਨੀਵਰਸਿਟੀ ਆ ਉਹਦੇ ਵਿੱਚ ਸਟੱਡੀ ਕਰ ਰਿਹਾ ਸੀਗਾ ਹੁਣ ਦੀ ਜੇਕਰ ਸਥਿਤੀ ਦੀ ਗੱਲ ਕਰ ਲਈਏ ਤੁਹਾਡੀ ਗੱਲ ਹੁੰਦੀ ਹੈ ਹੁਣ ਉਹਨਾਂ ਦੇ ਨਾਲ ਮੇਰੀ ਗੱਲ ਹੁੰਦੀ ਹੈ ਪਰ ਜਾਨੀ ਕਿ ਜਿਹੜੀ ਗੱਲ ਉਹ ਤਾਂ ਗੱਲ ਤਾਂ ਹੋ ਰਹੀ ਹੈ ਵੀ ਠੀਕ ਹੈ ਵੀ ਬੱਚੇ ਠੀਕ ਹੈ ਪਰ ਉਹਨਾਂ ਨੂੰ ਨਿਕਲਣ ਦਾ ਕੋਈ ਵੀ ਹਜੇ ਤੱਕ ਕੋਈ ਵੀ ਉਹਨਾਂ ਦਾ ਉਹ ਨਹੀਂ ਹੈਗਾ ਗਾ ਵੀ ਉਹ ਨਿਕਲੇ ਆਉਣਗੇ ਜਾਂ ਹੋਰ ਕਰੇ ਆਉਣਗੇ ਕਿਉਂਕਿ ਜੰਗਬੰਦੀ ਹੈ ਜਿਹੜੀ ਉਹ ਐਡੀ ਤੇਜ਼ ਚੱਲ ਰਹੀ ਹੈ ਵੀ ਉੱਥੇ 24 ਘੰਟੇ ਗੋਲੀ ਸਿੱਕਾ ਵਗੈਰਾ ਚੱਲ ਰਿਹਾ ਹੈਗਾ ਪਰ ਸਾਡੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਇਸ ਟਾਈਮ ਉੱਥੇ ਅੰਧਕਾਰ ਦੇ ਵਿੱਚ ਹੀ ਹੈ ਨਾ ਨਿਕਲਣ ਕਰਕੇ ਅਤੇ ਅਸੀਂ ਮਤਲਬ ਕਿ ਗੌਰਮੈਂਟ ਮਤਲਬ ਕਿ ਸਾਡੀ ਸਰਕਾਰ ਨੂੰ ਸਾਡੀ ਉਹਨੂੰ ਇਹ ਅਸੀਂ ਵਾਰੀ ਵਾਰੀ ਇਹੀ ਅਪੀਲ ਕਰਦੇ ਹਾਂ ਵੀ ਸਾਡੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਉੱਥੋਂ ਕੱਢਿਆ ਜਾਵੇ ਤੁਹਾਡੇ ਕੋਲ ਹੁਣ ਤਾਂ ਕੋਈ ਪ੍ਰਸ਼ਾਸਨ ਦਾ ਮੰਜਾ ਬੰਦੇ ਨੇ ਪਹੁੰਚ ਕੀਤੀ ਹੈ ਹੁਣ ਤੱਕ ਮੇਰੇ ਕੋਲ ਜਿੰਨੀ ਕਿ ਜੇ ਆਪਾਂ ਕਹੀਏ ਵੀ ਨੈਸ਼ਨਲ ਲੈਵਲ 'ਤੇ ਕੋਈ ਕਿਸੇ ਨੇ ਮਤਲਬ ਕਿ ਪਹੁੰਚ ਕੀਤੇ ਉਸ ਤਰ੍ਹਾਂ ਦੇ ਨਾ ਕੋਈ ਜਿਵੇਂ ਪੰਜਾਬ ਲੈਵਲ 'ਤੇ ਸਮਝ ਲਓ ਜਿਵੇਂ CM ਚੰਨੀ ਦਾ ਹੈ ਚੰਨੀ ਦੇ PA ਦਾ ਜਾਂ ਭਗਵੰਤ ਮਾਨ ਦੇ PA ਦਾ ਜਾਂ ਦੁਰਾਰਾ ਸਿੰਘ ਗੁਰੂ ਜਾਂ ਆਪਣੇ ਸਿੰਘ ਰਾਹੀ ਜਿਹੜੇ ਸਾਡੇ ਇਸ 'ਤੇ ਮਤਲਬ ਕਿ ਭਦੌੜ ਹਲਕੇ 'ਚੋਂ ਖੜ੍ਹੇ ਹੋਏ ਸੀਗੇ
ਉਹ ਜ਼ਰੂਰ ਆਏ ਨੇ, ਉਹਨਾਂ ਨੇ ਸਾਡੇ ਨਾਲ ਮਤਲਬ ਕਿ ਸੰਪਰਕ ਵੀ ਕੀਤਾ ਹੈ, ਅਤੇ ਉਹਨਾਂ ਨੇ ਸਾਤੋਂ ਮਤਲਬ ਕਿ ਬਾਇਓਡੇਟਸ ਮੰਗੇ ਹੈ ਜਵਾਕਾਂ ਦੇ, ਵੀ ਅਸੀਂ ਉਹਨਾਂ ਦੇ ਬਾਰੇ ਉਹ ਕਰਾਂਗੇ, ਵੀ ਉੱਪਰ ਮਤਲਬ ਕਿ ਸਰਕਾਰ ਨੂੰ ਅਸੀਂ ਉਹ ਕਰਾਂਗੇ ਅਤੇ, ਪਰ ਕੋਈ ਜਾਨੀ ਕਿ ਜੇ ਅਸੀਂ ਕਹੀ ਨਾ ਵੀ ਪੰਜਾਬ ਲੈਵਲ 'ਤੇ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਹੋ ਸਕਦਾ ਤਾਂ ਪੰਜਾਬ ਲੈਵਲ 'ਤੇ ਨਹੀਂ ਹੈਗਾ, ਕਿਉਂਕਿ ਜਿਹੜੇ ਇਹ ਕੰਮ ਨੇ ਇਹ ਸਿਰਫ ਇਕੱਲੇ ਇੰਡੀਆ ਸਾਡੀ ਗੌਰਮੈਂਟ, ਇੰਡੀਆ ਗੌਰਮੈਂਟ ਹੀ, ਸਾਡੇ ਪ੍ਰਧਾਨ ਮੰਤਰੀ, ਸਾਡਾ ਰਕਸ਼ਾ ਮੰਤਰੀ ਇਹੀ ਕਰ ਸਕਦਾ ਹੈਗਾ। ਉਹ ਕਰ ਵੀ ਰਹੇ ਨੇ, ਪਰ ਜੋ ਕਰ ਰਹੇ ਨੇ ਪਤਾ ਨਹੀਂ ਉਹ ਸਾਨੂੰ ਗਲਤ ਲੱਗ ਰਿਹਾ ਕਿ ਪਤਾ ਨਹੀਂ ਸਾਨੂੰ ਮਤਲਬ ਕਿ ਸਹੀ ਹੈ, ਕਿਉਂਕਿ ਜਿਹੜੇ ਸਾਡੇ ਬੱਚੇ ਬੈਠੇ ਹੈਗੇ, ਜੇ ਆਪਾਂ ਗੱਲ ਕਰੀਏ ਵੀ ਉਹ ਜਿਹੜੇ ਬੱਚੇ ਕੱਢ ਰਹੇ ਹੈ ਉਹ ਕੀਵ ਤੋਂ ਉਰਲੇ ਪਾਸਿਓਂ ਕੱਢ ਰਹੇ ਹੈ, ਜੋ ਕਿ ਕੀਵ ਤੋਂ ਸਮਝ ਲਓ ਵੀ ਜਿਹੜੇ ਬਾਰਡਰ ਹੈ, ਬਾਰਡਰ ਦੇ ਨਾਲ ਨਾਲ ਹੈ, ਵੀ ਉਹ 20-25 ਕਿਲੋਮੀਟਰ ਜਾਂ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜੇ ਬੈਠੇ ਉਹਨਾਂ ਬੱਚਿਆਂ ਨੂੰ, ਜਿਹੜੇ ਸਾਡੇ ਬੱਚੇ ਬੈਠੇ ਹੈ ਜਿੱਥੋਂ ਸਾਡੀ ਇੰਨੀ ਸਰਕਾਰ ਬੱਚਿਆਂ ਨੂੰ ਉਹ ਕਰ ਰਹੀ ਹੈ, ਪਿੱਕ ਕਰ ਰਹੀ ਹੈ ਜਾਂ ਕੱਢ ਰਹੀ ਹੈ, ਉਸ ਤੋਂ 1700 ਕਿਲੋਮੀਟਰ ਖਾਰਕੀ 'ਚ ਬੈਠੇ ਹੈ, ਜੋ ਕਿ ਖਾਰਕੀ ਹੈ ਉਹ ਰਸ਼ੀਆ ਦੇ ਬਾਰਡਰ ਨਾਲ ਲੱਗਦਾ, ਬਾਰਡਰ ਤੋਂ ਸਿਰਫ 25 ਕਿਲੋਮੀਟਰ ਹੈ, ਉੱਥੇ ਉਹਨਾਂ ਦੇ ਲਈ ਕੋਈ ਵੀ ਸੁਵਿਧਾ ਜਾਂ ਕੋਈ ਉਹਨਾਂ ਲਈ ਕੋਈ ਵੀ ਇਹੋ ਜਿਹਾ ਇੰਤਜ਼ਾਮ ਨਹੀਂ ਹੈਗਾ ਵੀ ਉਹਨਾਂ ਨੂੰ ਕੱਢਿਆ ਜਾਵੇ ਜਾਂ ਉਹਨਾਂ ਦੀ ਸੁਣਵਾਈ ਹੋ ਸਕੇ ਜਾਂ ਉਹਨਾਂ ਨੂੰ ਕੋਈ ਮਤਲਬ ਕਿ ਸੁਣ ਕੇ ਕਹਿੰਦਾ ਹੋਵੇ ਵੀ ਅਸੀਂ ਵੀ ਤੁਹਾਡੀ ਹੈਲਪ ਕਰਦੇ ਹਾਂ। ਹੁਣ ਦੇ ਉੱਤੇ ਕੀ ਗੱਲ ਹੁੰਦੀ ਹੈ ਤੁਹਾਡੀ, ਕੀ ਦੱਸ ਰਿਹਾ ਕਿ ਖਾਣ ਪੀਣ ਦਾ ਕੀ ਪ੍ਰਬੰਧ ਆ, ਜਾਂ ਉੱਥੋਂ ਦੀ ਆਪਾਂ ਗੱਲ ਕਰ ਲਈਏ ਜੋ ਉੱਥੋਂ ਦਾ ਜੋ ਰਾਸ਼ਟਰਪਤੀ ਨੇ ਉਹਨਾਂ ਦੇ ਨਾਂ, ਉਹ ਕੀ ਕਰ ਰਹੇ, ਉਹਨਾਂ ਸਬੰਧ 'ਚ ਕੀ ਕਰ ਰਹੇ ਆ, ਉਹਨਾਂ ਦੇ ਲਈ ਕੁਛ ਕਰ ਰਹੇ ਆ? ਨਹੀਂ, ਜੇ ਆਪਾਂ ਕਹੀਏ ਵੀ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਗਾਈਡਨੈਂਸ ਮਿਲਦੀ ਹੋਵੇ, ਬਸ ਉਹਨਾਂ ਦਾ ਜਿਹੜਾ ਰਾਸ਼ਟਰਪਤੀ ਹੈ ਕੀ ਕਰਦਾ ਜਾਂ ਕੀ ਕਰਨਾ ਹੈਗਾ ਉਹਨੇ, ਉਹਨਾਂ ਬਾਰੇ ਇੰਨਾ ਨਹੀਂ ਉਹਨਾਂ ਨੂੰ ਨੌਲੇਜ ਹੁੰਦੀ, ਨਾ ਉਹ ਇੰਨਾ ਨੌਲੇਜ ਰੱਖ ਰਹੇ ਆ ਵੀ ਬੱਚੇ ਸਾਨੂੰ ਦੱਸ ਸਕਣ ਵੀ ਜਿਹੜਾ ਇੱਥੋਂ ਦਾ ਰਾਸ਼ਟਰਪਤੀ ਹੈ ਉਹਨੇ ਇਹਨੇ ਆਹ ਹੁਕਮ ਦਿੱਤੇ ਜਾਂ ਉਹ ਹੁਕਮ ਦਿੱਤੇ ਜਾਂ ਉਹ ਕੀਤਾ। ਪਰ ਜਿਸ ਤਰ੍ਹਾਂ ਦਾ ਵੀ ਉਹ ਹੈ ਵੀ ਮਾਹੌਲ ਹੈ ਇਸ ਟਾਈਮ, ਉੱਥੇ ਜਿਵੇਂ ਸਾਰੇ ਉਹ ਲੱਗੀ ਹੋਈ ਹੈਗੀ, ਐਮਰਜੈਂਸੀ ਲੱਗੀ ਹੋਈ ਹੈ, ਮੋਲਸ ਵਗੈਰਾ, ਦੁਕਾਨਾਂ ਵਗੈਰਾ, ਘਰ ਵਗੈਰਾ ਸਾਰੇ ਬੰਦ ਨੇ, ਉਹ ਅੰਦਰ ਬੈਠੇ ਨੇ, ਅੰਦਰ ਬੈਠੇ ਮਤਲਬ ਕਿ ਆਪਦਾ ਜੋ ਰਾਸ਼ਨ ਅੱਜ ਤੋਂ 2-3 ਦਿਨ ਪਹਿਲਾਂ ਇਕੱਠਾ ਕਰ ਲਿਆ ਸੀ ਉਸੇ ਨੂੰ ਹੀ ਮਤਲਬ ਕਿ ਜ਼ੁਸ ਕਰ ਰਹੇ ਹੈਗੇ। ਹੋ ਸਕਦਾ ਵੀ ਉਹ ਦੋ ਦਿਨ ਜਾਂ 3 ਦਿਨ ਚੱਲ ਸਕਦਾ ਹੈਗਾ, ਇਸ ਤੋਂ ਬਾਅਦ ਤਾਂ ਉਹ ਵੀ ਉਹ ਹੋ ਜਾਣਾ ਹੈਗਾ ਵੀ ਉਹਨਾਂ ਨੂੰ, ਉਸ ਤੋਂ ਬਾਅਦ ਤਾਂ ਭੁੱਖੇ ਮਰਨ ਦੀ ਨੌਬਤ ਆਉਣੀ ਹੈ, ਆ ਜਾਣੀ ਹੈਗੀ। ਆਸਾਰ ਤਾਂ ਜੀ ਇਹ ਹੈ ਵੀ ਮਤਲਬ ਕਿ ਜੇ ਤੁਸੀਂ ਜਿਸ ਤਰ੍ਹਾਂ ਮੈਨੂੰ ਕੁਐਸਚਨ ਕੀਤਾ ਵੀ ਉਹ ਉਹਨਾਂ ਦੇ ਵੀ ਸਾਡੇ ਬੱਚੇ ਸਾਨੂੰ ਇਹ ਦੱਸ ਸਕਣ ਵੀ ਉੱਥੋਂ ਦਾ ਪ੍ਰਧਾਨ ਮੰਤਰੀ ਹੈ ਜਾਂ ਵੀ ਉਹ ਕੀ ਉਹਦੀ ਕੀ ਉਹਦੇ ਦਿਮਾਗ ਦੀ ਕੀ ਕਾਢ ਹੈ ਵੀ ਉਹ ਕੀ ਕਰ ਸਕਦਾ ਹੈਗਾ ਜਾਂ ਕੀ ਕਰ ਰਿਹਾ ਹੈਗਾ ਵੀ ਯੂਕਰੇਨ ਮਤਲਬ ਕਿ ਇਹਨੂੰ ਇਸ ਟਾਈਮ ਸਥਿਤੀ ਕੀ ਹੈ ਉੱਥੇ ਜੀ? ਸਥਿਤੀ ਜਿਹੜੀ ਹੈ ਲੋਕ ਕੱਲ ਮਿਲਾ ਕੇ ਮਾੜੀ ਹੋਈ ਹੈ ਜੀ, ਜਿਵੇਂ ਉੱਥੋਂ ਦੀ ਰਸ਼ੀਅਨ ਮਤਲਬ ਕਿ ਇਸ ਟਾਈਮ ਜਿਹੜਾ ਖਾਰਕੀ ਦੇ ਵਿੱਚ ਰਸ਼ੀਆ ਦਾ ਉਹ ਹੋ ਚੁੱਕਿਆ ਜੀ, ਹੋਲਡ ਹੋ ਚੁੱਕਿਆ। ਰਸ਼ੀਆ ਜਿਹੜੀ ਰਸ਼ੀਅਨ ਫੌਜ ਹੈ ਉਹ ਆਮ ਉੱਥੇ ਦਿਖਾਈ ਦਿੰਦੀ ਹੈ ਮਤਲਬ ਕਿ ਸੜਕਾਂ ਦੇ ਉੱਤੇ ਟੈਂਕਸ ਵਗੈਰਾ ਜਾਂ ਉਹ ਮਤਲਬ ਕਿ ਆਮ ਦਿਖਦੇ ਹੈ, ਪਰ ਉਹ ਹੈ ਸਿਵਲੀਅਨ ਨੂੰ ਹਜੇ ਤੱਕ ਕੁਛ, ਸਿਵਲੀਅਨ ਨੂੰ ਉਹਨਾਂ ਨੇ ਕਿਸੇ ਨੂੰ ਕੁਛ ਨਹੀਂ ਕਿਹਾ ਵੀ ਜਿਵੇਂ ਸਾਡੇ ਬੱਚੇ ਹੈ ਜੇ ਬਾਹਰ ਖੜ੍ਹੇ ਹੈ ਤਾਂ ਵੀ ਉਹਨਾਂ ਨੂੰ ਗੋਲੀ ਮਾਰ ਦੇਣਗੇ ਜਾਂ ਹੋਰ ਕਰ ਦੇਣਗੇ, ਇਸ ਤਰ੍ਹਾਂ ਦਾ ਕੋਈ ਡਰਾਵਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਕਹਿ ਰਹੇ ਉਹ, ਪਰ ਖਤਰਾ ਜਿਹੜਾ ਉਹ 24 ਘੰਟੇ ਸਿਰ 'ਤੇ ਮੰਡਰਾ ਹੀ ਰਿਹਾ ਹੈਗਾ ਵੀ ਜਿੰਨਾ ਚਿਕਰ ਜੇ ਆਪਾਂ ਕਹੀਏ ਵੀ ਆਪਾਂ ਬੱਚੇ ਸੇਫ ਹੈ ਜੀ, ਬੱਚੇ ਸੇਫ ਹੈ, ਬੱਚੇ ਸੇਫ, ਬੱਚੇ ਸੇਫ ਨਹੀਂ ਹੈਗੇ, ਕਿਉਂਕਿ ਜੰਗ ਦਾ ਅਤੇ ਮੌਤ ਦਾ ਕੋਈ ਭਰੋਸਾ ਨਹੀਂ ਹੁੰਦਾ ਕਦੋਂ ਆ ਜੇ। ਬਾਕੀ ਖਾਣ ਪੀਣ ਦਾ ਇਹ ਨਹੀਂ ਪਤਾ ਵੀ ਉਹ ਇੱਕ ਦਿਨ ਅੱਜ ਦਾ ਦਿਨ ਅੱਜ ਦੀ ਜਿਹੜੀ ਉਹਦਾ ਸਮਾਂ ਨਿਕਲੂਗਾ ਜਾਂ ਨਹੀਂ ਨਿਕਲੂਗਾ, ਇਸ ਲਈ ਯਾਨੀ ਕਿ ਬੱਚੇ ਅੱਛਾ ਕੁਛ ਦੂਰ ਰਹਿ ਕੇ ਕੁਛ ਇਹੋ ਜਿਹੇ ਡਰ ਦੇ ਮਾਹੌਲ ਦੇ ਵਿੱਚ ਡਰੇ ਤਾਂ ਹੋਏ ਹੀ ਹੈ, ਡਰ ਕਰਕੇ ਉਹਨਾਂ ਨੇ ਮਤਲਬ ਕਿ ਉਹ ਵੀ ਸਾਨੂੰ ਮਤਲਬ ਕਿ ਕਹੀ ਜਾਂਦੇ ਵੀ ਤੁਸੀਂ ਮਤਲਬ ਕਿ ਇੱਥੋਂ ਤੱਕ ਸਰਕਾਰ ਤੱਕ ਪਹੁੰਚ ਕਰੋ ਜਾਂ ਮੀਡੀਆ ਰਾਹੀਂ ਤੁਸੀਂ ਮਤਲਬ ਕਿ ਸਰਕਾਰ ਤੱਕ ਆਪਦੀ ਆਵਾਜ਼ ਪਹੁੰਚਾਓ ਵੀ ਸਾਡੇ ਬੱਚਿਆਂ ਨੂੰ ਬਾਹਰ ਕੱਢਿਆ ਜਾਵੇ। ਤਾਂ ਸਰਕਾਰ ਮੂਹਰੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਜਲਦੀ ਤੋਂ ਜਲਦੀ ਸਾਡੇ ਮਤਲਬ ਕਿ ਜਿਹੜੇ ਸਾਡੇ ਬੱਚੇ ਹੈ ਕੀਵ ਦੇ ਵਿੱਚ, ਕੀਵ ਨਹੀਂ ਸੋਰੀ, ਖਾਰਕਿਕ ਦੇ ਵਿੱਚ ਬੈਠੇ ਹੈ ਉਹਨਾਂ ਦੀ ਉਹਨਾਂ ਨੂੰ ਉਹ ਕਰਨ, ਜਲਦੀ ਤੋਂ ਜਲਦੀ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨ। ਤੁਸੀਂ ਦੱਸ ਰਹੇ ਸੀ ਕਿ ਜਿਹੜਾ ਇਹ ਈਸਟ ਦੇ ਵਿੱਚ ਬੈਠੇ ਜਾਂ ਵੈਸਟ ਦੇ ਵਿੱਚ ਬੈਠੇ ਆ ਤੁਹਾਡੇ ਜਿਹੜੇ ਲੜਕੇ ਨੇ? ਸਾਡੇ ਵਿੱਚ ਜੀ ਹੁਣ ਮੈਂ ਇਹ ਨਹੀਂ ਕਹਿ ਸਕਦਾ ਵੀ ਉਹ ਈਸਟ ਜਾਂ ਵੀਸਟ ਦਾ, ਮੈਨੂੰ ਨਹੀਂ ਇਸ ਤਰ੍ਹਾਂ ਦਾ ਪਤਾ, ਫੋਨ 'ਤੇ ਗੱਲ ਹੁੰਦੀ ਹੋਣੀ ਆ ਵੀ ਕਿਹੜੀ, ਇਸ ਤਰ੍ਹਾਂ ਦਾ ਨਹੀਂ ਪਤਾ ਲੱਗਦਾ। ਇੰਨਾ ਪਤਾ ਵੀ ਜਿਹੜਾ ਰਸ਼ੀਆ ਦਾ ਬਾਰਡਰ ਹੈ ਉਸ ਤੋਂ 25 ਕਿਲੋਮੀਟਰ ਦੂਰ ਹੈ ਵੀ ਰਸ਼ੀਆ ਦੇ ਬਾਰਡਰ ਦੇ ਬਿਲਕੁਲ ਜਮਾਂ ਨਾਲ ਆ ਗਏ ਜਿਹੜੇ ਸਾਡੇ ਬੱਚੇ ਬੈਠੇ ਆ ਜਾਂ ਜਿਹੜੇ ਬੱਚੇ MBBS ਕਰਨ ਲਈ ਯੂਕਰੇਨ ਗਏ ਹੈ। ਮਤਲਬ ਕਿ ਜ਼ਿਆਦਾ ਜਿਹੜੇ ਬੱਚੇ ਹੈ ਖਾਰਕਿਕ ਦੇ ਵਿੱਚ ਹੈ ਉੱਥੇ 8000 ਬੱਚੇ ਦੇ ਕਰੀਬ ਹੈ ਜਿਹੜਾ MBBS ਕਰ ਰਿਹਾ ਹੈਗਾ, ਅਤੇ ਜਿਹੜਾ ਇਸ ਟਾਈਮ ਫਸਿਆ ਹੋਇਆ ਹੈਗਾ ਉਹਨਾਂ ਕੋਲ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਮਦਦ ਨਹੀਂ ਪਹੁੰਚ ਰਹੀ। ਜੇ ਆਪਾਂ ਕਹੀਏ ਵੀ ਇੰਡੀਅਨ ਅੰਬੈਸੀ ਉਹਨਾਂ ਦੀ ਕੋਈ ਉਹਨਾਂ ਦੀ ਉਹ ਕਰ ਰਹੀ ਹੈ ਤਾਂ ਇੰਡੀਅਨ ਅੰਬੈਸੀ ਵੀ ਕੋਈ ਉਹਨਾਂ ਦੀ ਉਹ ਨਹੀਂ ਕਰ ਰਹੀ।
इंडिया वैंसी उन्हां दी गल नूं इग्नोर कर रही है जां फिलहाल तो इग्नोर ही कर रही है क्योंकि वह भी ये कह रही है भी साढ़े सानू हजे कुछ नहीं पता भी असीं सुन किस लड़क में कढ़ांगे जां तां जंग खत्म होने ती निकले जा कढ़िया जा सकदा सुनू भी साढ़े कोल इस तरह का कोई इंतजाम नहीं है भी इस जंग दे विच असीं रिस्क लै सकीए सुनू कढ़ण दा सिर्फ उ बैठे आहो जा वेट कर सकते भी कदों तक जी रुक सकती है। हाँ जी हाँ जी इस तरह का ही है भी जेरा साढ़े बच्चे तो सिर्फ यही है भी हम ये वेट ही कर सकते भी जो जंग रोके तो असं बहर आ सकी उन्हों का दूसरा सोल्यूशन है भी जो साड़ी सरकार रशिया गौरमेंट नाल एक उन्होंने वो गल कर भी रशिया वाले पास दी क्ढे जान तो सो है भी क्ढे जा सकते प्रशासन तो की मांग करते हो सरकार तो की मांग करते हो म सरकार तो यही मंग है भी साढ़े बच्चों जल्दी तो जल्दी बल्कि उतों क्ढ के साढ़े साड़ी झोली दे विच पाया जाए ता कि सानू भी दिलासा होवे साढ़े बच्चों भी दिलासा होवे भी असीं आपदे घर पहुँच गए हैं तो साड़ी जिहड़ी चिंता मैं वो खत्म हो जाए। असीं आस करदे हां कि तुहाडे बच्चे जिहड़े तंदरुस्ती नाल वधन वापस आउण ये अशोक बंसला तपे दे जंगा लगदियां ने जंगा दे निशान उमरां तक रहिंदे ने जंगा जंग दी जिहड़ी मार है आम लोग आ जिहड़े जंगा दे विच झंझोड़े जांदे ने सरकारां लाहा ला जांदियां ने ਤਾਂ ਅਸ਼ੋਕ ਬੰਸਲ ਦਾ ਇਹੀ ਕਹਿਣਾ ਤਪਾ ਮੰਡੀ ਦੇ ਰਹਿਣ ਵਾਲੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਭਾਂਡਾ ਦੀ ਦੁਕਾਨ ਆ ਤਪਾ ਮੰਡੀ ਦੇ ਵਿੱਚ ਭਾਂਡਿਆਂ ਦੀ ਦੁਕਾਨ ਆ ਅਸ਼ੋਕ ਬੰਸਲ ਇਹਨਾਂ ਦਾ ਕਹਿਣਾ ਕਿ ਸਾਡੇ ਬੱਚੇ ਆ ਜਿਹੜੇ ਉਹ ਤੰਦਰੁਸਤੀ ਸਰਕਾਰਾਂ ਉੱਥੋਂ ਕਢਾਉਣ ਤਾਂ ਕਿ ਸਾਡੇ ਬੱਚੇ ਜਿਹੜੇ ਤੰਦਰੁਸਤੀ ਨਾਲ ਸਾਡੇ ਵਿੱਚ ਆ ਸਕਣ ਜੰਗ ਦੇ ਨਿਸ਼ਾਨ ਆ ਜਿਹੜੇ ਉਮਰਾਂ ਤੱਕ ਰਹਿੰਦੇ ਨੇ ਪਰ ਜਿਹੜੇ ਇਹਨਾਂ ਦੇ ਪੈੜਾਂ ਨੇ ਜੰਗ ਖਤਮ ਹੋ ਜਾਂਦੀ ਆ ਪਰ ਜਿਹੜੇ ਜੰਗ ਦੀਆਂ ਪੈੜਾਂ ਹੁੰਦੀਆਂ ਨੇ ਇਹ ਉਮਰਾਂ ਤੱਕ ਰਹਿੰਦੀਆਂ ਨੇ ਜ਼ਖਮ ਅੱਲੇ ਰਹਿੰਦੇ ਨੇ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਇਹਨਾਂ ਦੇ ਬੱਚੇ ਨੇ ਉਹ ਤੰਦਰੁਸਤ ਵਤਨ ਵਾਪਸ ਹੁਣ ਤਾਂ ਅਸੀਂ ਇੱਦਾਂ ਦੇ ਹੋਰ ਪਰਿਵਾਰਾਂ ਦੀ ਇੰਟਰਵਿਊ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਆਪਣੇ ਦੋਸਤ ਸਿਮਰਜੀਤ ਨੂੰ ਦਿਓ ਇਜਾਜ਼ਤ ਕੈਮਰਾਮੈਨ ਸੰਦੀਪ ਸ਼ਰਮਾ ਦੇ ਨਾਲ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ ਧੰਨਵਾਦ।